ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਖਾਸ ਤੌਰ ਤੇ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਗੁਰਵਿੰਦਰ ਸਿੰਘ ਹੋਣਾ ਨੂੰ। ਸੋ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਤਾਂ ਕੈਨੇਡਾ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਮੋਟ ਕਰਦੇ ਨੇ, US ਨੂੰ ਬਹੁਤ ਵੱਡੇ ਪੱਧਰ ਤੇ ਪ੍ਰਮੋਟ ਕਰਦੇ ਨੇ, UK ਸਟੱਡੀ ਵੀਜ਼ਾ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਮੋਟ ਕੀਤਾ, ਵੀਜ਼ੇ ਹਾਸਲ ਕੀਤੇ ਔਰ ਵੀਜ਼ੇ ਦਿਖਾਏ ਵੀ ਇਸ ਸ਼ੋਅ ਦੇ ਵਿੱਚ। ਇਸ ਤੋਂ ਇਲਾਵਾ ਸ਼ੈਨਿਗਨ ਮੁਲਕਾਂ 'ਚ, ਯੂਰਪ 'ਚ, ਸਿੰਗਾਪੁਰ ਨੂੰ ਲੈ ਕੇ ਬਹੁਤ ਵੱਡੇ ਗਿਣਤੀ ਦੇ ਵਿੱਚ ਸਟੂਡੈਂਟ ਨੂੰ ਭੇਜਿਆ ਗਿਆ। ਯਾਨੀ ਮੁੱਦੇ 'ਤੇ ਆਈਏ ਤਾਂ ਬੱਚਿਆਂ ਦੇ ਪ੍ਰੋਫਾਈਲ ਨੂੰ ਵੇਖਦਿਆਂ ਹੋਇਆਂ ਉਹਨਾਂ ਨੂੰ ਜਿਹੜਾ ਵੱਖ ਵੱਖ ਕੰਟਰੀਜ਼ ਦੇ ਵਿੱਚ, ਵੱਖ ਵੱਖ ਮੁਲਕਾਂ ਦੇ ਵਿੱਚ, ਵੱਖ ਵੱਖ ਕਾਲਜਾਂ ਦੇ ਵਿੱਚ, ਵੱਖ ਵੱਖ ਕੋਰਸਾਂ ਦੇ ਵਿੱਚ ਜਿਹੜਾ ਉਹ ਦਾਖਲੇ ਕਰਵਾਏ ਜਾਂਦੇ ਨੇ। ਬੱਚੇ ਦਾ ਪਹਿਲਾਂ ਪ੍ਰੋਫਾਈਲ ਵੇਖਿਆ ਜਾਂਦਾ, ਫਿਰ ਉਹਨੂੰ ਸਲਾਹ ਦਿੱਤੀ ਜਾਂਦੀ ਹੈ। ਜੇ ਬੱਚੇ ਸਲਾਹ ਮੰਨਦਾ ਹੈ ਤਾਂ ਉਹਨੂੰ ਉਹਦੇ ਪ੍ਰੋਫਾਈਲ ਦੇ ਅਕੋਰਡਿੰਗ ਕੋਰਸ ਅਤੇ ਕਾਲਜ ਦਿੱਤਾ ਜਾਂਦਾ ਹੈ। ਅੱਜ ਸਾਡੇ ਪ੍ਰੋਫਾਈਲ ਕਈ ਵਾਰ ਐਲੀਜੀਬਲ ਨਹੀਂ ਹੁੰਦੇ, ਸਾਨੂੰ ਅੰਦਰੋਂ ਇਲਮ ਹੁੰਦਾ ਕਿ ਸਾਡਾ ਵੀਜ਼ਾ ਨਹੀਂ ਲੱਗਣਾ, ਪਰ ਫਿਰ ਵੀ ਅਸੀਂ ਝੂਠੀਆਂ ਗੱਲਾਂ ਚਾਹ ਕੇ ਜਾਂ ਅੱਖਾਂ ਮੀਟ ਕੇ 10-20-50 ਹਜ਼ਾਰ ਦਾ ਰਿਸਕ ਲੈ ਕੇ ਕੇਸ ਅਪਲਾਈ ਕਰ ਦਿੰਦੇ ਹਾਂ। ਮਹੀਨੇ ਡੇਢ ਮਹੀਨੇ ਬਾਅਦ ਇੱਕ ਤਾਂ ਉਹ 50 ਹਜ਼ਾਰ ਰੁਪਏ ਦਾ ਨੁਕਸਾਨ ਹੁੰਦਾ, ਦੂਜਾ ਰਿਫਿਊਜ਼ਲ ਜਿਹੜੀ ਉਹ ਲੱਗ ਜਾਂਦੀ ਹੈ। ਸੋ ਅੱਜ ਪ੍ਰੋਫਾਈਲ ਦੇ ਆਧਾਰ 'ਤੇ ਹੀ ਗੱਲਾਂ ਕਰਾਂਗੇ, ਕਿਹੜੇ ਪ੍ਰੋਫਾਈਲ ਵਾਲੇ ਲੋਕ ਕਿੱਥੇ ਕਿੱਥੇ ਅਪਲਾਈ ਕਰ ਸਕਦੇ ਨੇ ਔਰ ਕੀ ਬੈਨੀਫਿਟਸ ਨੇ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਕੋਲ ਅਪਲਾਈ ਕਰਨ ਲਈ। ਖਾਸ ਤੌਰ 'ਤੇ ਕੁਝ ਸੈਮੀਨਾਰਸ ਲੈ ਕੇ ਆ ਰਹੇ ਨੇ ਤੁਹਾਡੇ ਲਈ। ਉਹਨਾਂ ਸੈਮੀਨਾਰਸ ਦੇ ਵਿੱਚ ਤੁਸੀਂ 1-on-1 ਗੁਰਵਿੰਦਰ ਸਿੰਘ ਹੋਣਾ ਨੂੰ ਮਿਲ ਸਕਦੇ, ਉਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ। ਕੀ ਬੈਨੀਫਿਟਸ ਰਹਿਣਗੇ ਇਹਨਾਂ ਸੈਮੀਨਾਰਸ ਦੇ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਅਗਲੇ 20-25 ਮਿੰਟ ਤੁਹਾਡੇ ਲਈ ਅਹਿਮ ਹੋਣ ਜਾ ਰਹੇ ਨੇ। ਸੋ ਗੁਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੋਅ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਧੰਨਵਾਦ ਮਨੀ ਸਰ ਤੁਹਾਡਾ, ਤੁਸੀਂ ਦੁਬਾਰਾ ਇਸ ਮੰਚ 'ਤੇ ਆਉਣ ਦਾ ਮੌਕਾ ਦਿੱਤਾ ਜੀ। ਸੋ ਗੁਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ, ਜਿਹੜੇ ਆਲਰੇਡੀ ਤੁਸੀਂ UK ਦੇ ਵੀਜ਼ਾ ਲਏ, ਕੈਨੇਡਾ ਦੇ ਵੀਜ਼ਾ ਲਏ, US ਦੇ ਵੀਜ਼ਾ ਲਏ, ਉਹਦੇ ਲਈ ਬਹੁਤ ਬਹੁਤ ਮੁਬਾਰਕਾਂ। ਹੁਣ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਇੱਕ ਸੈਮੀਨਾਰ ਲੈ ਕੇ ਆ ਰਹੇ ਹੋ 10 ਫਰਵਰੀ ਨੂੰ। ਹਾਂਜੀ, ਕੀ ਮਕਸਦ ਸੀ ਉਸ ਸੈਮੀਨਾਰ ਦਾ, ਇੰਸਟੈਂਟ ਉਹਨੂੰ ਕੰਡਕਟ ਕਰਨ ਦਾ? ਕਿਉਂਕਿ ਆਪਾਂ ਪਿਛਲੇ ਸ਼ੋਅ 'ਚ ਬੈਠੇ ਜਦੋਂ ਸੈਮੀਨਾਰ ਦੀ ਕੋਈ ਗੱਲ ਨਹੀਂ ਸੀ, ਇੰਸਟੈਂਟ ਸੈਮੀਨਾਰ ਪਲਾਨ ਕੀਤਾ, ਸੈਮੀਨਾਰ ਦੇ ਵਿੱਚ ਖਾਸ ਕੀ ਰਹੇਗਾ ਔਰ ਕਿਉਂ ਲੋਕ ਇਸ ਸੈਮੀਨਾਰ ਦੇ ਵਿੱਚ, ਅਟਰੈਕਸ਼ਨ ਕੀ ਸੈਮੀਨਾਰ ਦੀ? ਓਕੇ, ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਅੱਜ ਦੇ ਵਿੱਚ ਓਵਰਆਲ 6 ਬੈਂਡ ਨੇ, ਕਿਸੇ ਇੱਕ ਮੋਡਿਊਲ ਦੇ ਵਿੱਚੋਂ 5.5 ਬੈਂਡ ਨੇ, ਉਹਨਾਂ ਵਾਸਤੇ ਸਪੈਸ਼ਲੀ ਇਹ ਸੈਮੀਨਾਰ ਔਰਗਨਾਈਜ਼ ਕੀਤਾ ਗਿਆ ਹੈਗਾ ਆ। ਕਿਉਂਕਿ ਮਈ ਇਨਟੇਕ, ਸਾਲ ਦੇ 3 ਇਨਟੇਕ ਮੇਨ ਹੁੰਦੇ ਨੇ ਜਿਹੜੇ ਕੈਨੇਡਾ ਦੇ, ਜਨਵਰੀ, ਮਈ ਔਰ ਸੈਪਟੰਬਰ। ਆਲਰੇਡੀ ਜਨਵਰੀ ਇਨਟੇਕ ਲੰਘ ਗਿਆ ਹੈ ਅਤੇ ਮਈ ਇਨਟੇਕ ਜਿਹੜਾ ਹੈਗਾ ਆ ਉਹ ਵੀ ਹਰ ਇੱਕ ਲੋਕੇਸ਼ਨ ਦਾ ਕਲੋਜ਼ ਹੋ ਚੁੱਕਾ ਹੈ ਅਤੇ ਸਾਡੇ ਤੋਂ ਮੌਂਟਰੀਅਲ ਦਾ ਮਈ ਇਨਟੇਕ ਅਵੇਲੇਬਲ ਹੈਗਾ ਆ। ਜਿਹੜੇ ਬੱਚਿਆਂ ਦੇ ਓਵਰਆਲ 6 ਬੈਂਡ ਨੇ, ਕਿਸੇ ਇੱਕ ਮੋਡਿਊਲ ਦੇ ਵਿੱਚੋਂ 5.5 ਬੈਂਡ ਨੇ, ਉਹਨਾਂ ਵਾਸਤੇ ਉਹ ਇਹ ਸੈਮੀਨਾਰ ਦਾ ਹਿੱਸਾ ਬਣ ਸਕਦੇ ਨੇ ਅਤੇ ਫਾਇਦਾ ਚੱਕ ਸਕਦੇ ਨੇ। ਸੈਮੀਨਾਰ ਦੇ ਵਿੱਚ ਜੋ ਬੈਨੀਫਿਟਸ ਬੱਚੇ ਨੂੰ ਮਿਲੂਗੇ, ਬਹੁਤ ਬੱਚੇ ਸਾਡੇ ਤੋਂ ਆਉਂਦੇ ਨੇ ਕਿ ਸਰ ਅਸੀਂ ਫਲਾਨੀ ਕੰਪਨੀ ਨੂੰ ਪੈਸੇ ਦਿੱਤੇ, ਸਾਡੀ 35 ਦਿਨ ਹੋ ਗਈ ਔਫਰ ਲੈਟਰ ਨਹੀਂ ਆਈ, 30 ਦਿਨ ਹੋ ਗਏ ਔਫਰ ਲੈਟਰ ਨਹੀਂ ਆਈ। ਸੋ ਮਈ ਇਨਟੇਕ ਦੇ ਵਿੱਚ ਤੁਸੀਂ ਬੈਨੀਫਿਟ ਲੈ ਸਕਦੇ ਹੋ, ਫ੍ਰੀ ਆਫ ਕੋਸਟ ਔਫਰ ਲੈਟਰ। 15-20 ਮਿੰਟ ਦੇ ਵਿੱਚ ਅਸੀਂ ਤੁਹਾਡੇ ਬੈਠੇ ਬੈਠੇ ਔਫਿਸ ਆਓ, ਅਪਲਾਈ ਕਰੋ, ਚਾਹ ਪਾਣੀ ਪੀਓ, 15-20 ਮਿੰਟ ਦੇ ਵਿੱਚ ਅਸੀਂ ਤੁਹਾਨੂੰ ਔਫਰ ਲੈਟਰ ਦੇਵਾਂਗੇ। 10 ਫਰਵਰੀ ਮੰਡੇ ਨੂੰ ਸੈਮੀਨਾਰ ਹੈਗਾ ਜੀ ਜਲੰਧਰ ਔਫਿਸ ਦੇ ਵਿੱਚ। ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ ਹੈ, 90-23-148-148, ਇਸ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੀ। ਸੋ 90-23-148-148 ਨੰਬਰ 'ਤੇ ਕਾਲ ਕਰਕੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ, ਆਪਣੀ ਸੀਟ ਬੁਕਿੰਗ ਕਰ ਸਕਦੇ ਹੋ, ਕਿਉਂਕਿ ਸੈਮੀਨਾਰਸ ਦੇ ਵਿੱਚ ਪੰਜਾਬ ਭਰ ਤੋਂ ਵਿਦਿਆਰਥੀ ਜਿਹੜੇ ਨੇ ਆ ਰਹੇ ਨੇ, ਆਲਰੇਡੀ ਰਜਿਸਟ੍ਰੇਸ਼ਨ ਚੱਲ ਰਹੀਆਂ ਨੇ। ਸਭ ਤੋਂ ਅਹਿਮ ਗੱਲ ਕੀ ਹੈ ਕਿ ਕਾਲਜ ਜਿਸ ਦੇ ਵਿੱਚ ਵੀ ਅਪਲਾਈ ਕਰਨ ਜਾ ਰਹੇ ਨੇ, ਸੀਟਸ ਬਹੁਤ ਜ਼ਿਆਦਾ ਲਿਮਿਟਡ ਨੇ, ਸਪੈਸ਼ਲ ਸੀਟਸ ਲਈਆਂ ਨੇ ਕਾਲਜਸ ਦੇ ਕੋਲ, ਤਾਂ ਕਿ ਵਿਦਿਆਰਥੀਆਂ ਨੂੰ ਜਿਹੜੇ ਮਈ ਸੈਸ਼ਨ ਦੇ ਵਿੱਚ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਔਫਰਸ ਨਹੀਂ ਮਿਲ ਪਾ ਰਹੀਆਂ ਸੀ, ਉਹ ਵਿਦਿਆਰਥੀ ਮਈ ਸੈਸ਼ਨ 'ਚ ਜਾ ਸਕਣ ਔਰ ਆਪਣੇ ਕਨੇਡਾ ਜਾਣ ਦੇ ਸੁਪਨੇ ਪੂਰੇ ਕਰ ਸਕਣ। ਕੁਛ ਇੱਕ ਸੀਟਾਂ ਰੱਖੀਆਂ, ਮੇਰੇ ਖਿਆਲ 'ਚ ਜਿਹੜੇ ਕਾਲਜਸ ਦੀ ਤੁਸੀਂ ਗੱਲ ਕਰ ਰਹੇ ਹੋ, 13-14 ਸੀਟਾਂ ਕਰੀਬ ਤੁਹਾਨੂੰ ਮਿਲੀਆਂ ਕਾਲਜਸ ਦੀਆਂ, ਉਹ ਮੌਕੇ 'ਤੇ ਅਗਰ ਵਿਦਿਆਰਥੀ ਆ ਕੇ ਅਪਲਾਈ ਕਰਦੇ ਨੇ, ਸਿਰਫ 13-14 ਸੀਟਾਂ ਹੀ ਤੁਹਾਨੂੰ ਮਿਲ ਪਾਉਣਗੀਆਂ, ਜਿਹੜੇ ਫਸਟ ਕਮ ਫਸਟ ਸਰਵ ਦੇ ਆਧਾਰ 'ਤੇ ਸੀਟਾਂ ਦਿੱਤੀਆਂ ਜਾਣਗੀਆਂ। ਜਿਹੜੇ ਵਿਦਿਆਰਥੀ ਪਹਿਲੇ 13-14 ਵਿਦਿਆਰਥੀ ਆ ਕੇ ਅਪਲਾਈ ਕਰ ਲੈਣਗੇ, ਉਹਨਾਂ ਨੂੰ ਮਈ ਸੈਸ਼ਨ 'ਚ ਜਾਣ ਦੇ ਸੁਪਨੇ ਪੂਰੇ ਕੀਤੇ ਜਾਣਗੇ, ਮੌਕੇ 'ਤੇ ਔਫਰ ਲੈਟਰ ਦਿੱਤੀ ਜਾਊਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਕਾਲਜ ਦੀ ਔਫਰ ਲੈਟਰ ਦਿੱਤੀ ਜਾਊਗੀ ਜਿੱਥੇ ਪੜ੍ਹਾਈ ਦੇ ਨਾਲ 20 ਘੰਟੇ ਕੰਮ ਕਰਨ ਦੇ ਰਾਈਟਸ ਹੋਣਗੇ ਔਰ ਪੜ੍ਹਾਈ ਖਤਮ ਕਰਨ ਤੋਂ ਬਾਅਦ 3 ਸਾਲ ਦਾ ਪੋਸਟ ਸਟੱਡੀ ਵਰਕ ਰਾਈਟਸ ਵੀ ਮਿਲੂਗਾ। ਦੁਬਾਰਾ ਸੁਣ ਲਓ, ਪੜ੍ਹਾਈ ਦੇ ਨਾਲ 20 ਘੰਟੇ ਕੰਮ ਕਰ ਸਕਦੇ ਹੋ, ਪੜ੍ਹਾਈ ਖਤਮ ਹੋਣ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਵੀ ਲੈ ਸਕਦੇ ਹੋ। ਸੋ ਕੋਈ ਐਸਾ ਕਾਲਜ 'ਚ ਤੁਹਾਨੂੰ ਐਡਮਿਸ਼ਨ ਨਹੀਂ ਦਵਾਈ ਜਾਊਗੀ ਕਿ ਪੜ੍ਹਾਈ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਨਾ ਮਿਲੇ, ਤੁਹਾਨੂੰ ਜਾ ਕੇ ਕਾਲਜ ਚੇਂਜ ਕਰਨਾ ਪੈ ਜਾਵੇ। ਮੌਕੇ 'ਤੇ ਔਫਰ ਲੈਟਰਾਂ ਬਹੁਤ ਏਜੰਟ ਦਿੰਦੇ ਨੇ, ਪਰ ਐਸਾ ਕਾਲਜ
ਜਿਹਦੇ ਵਿੱਚ ਪੜ੍ਹਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਵੀ ਮਿਲੇ, ਵਰਨੇ ਕੰਸਲਟੈਂਟ ਦਿੰਦੇ ਨੇ। ਸੋ ਇਹ ਸੈਮੀਨਾਰ ਤਾਂ ਹੀ ਰੱਖਿਆ ਗਿਆ ਹੈ ਤਾਂ ਕਿ ਤੁਹਾਨੂੰ ਤੁਹਾਡੇ ਮਈ ਸੈਸ਼ਨ 'ਚ ਜਾ ਕੇ ਕੈਨੇਡਾ ਪੜ੍ਹਨ ਦੇ ਸੁਪਨੇ ਪੂਰੇ ਕੀਤੇ ਜਾ ਸਕਣ। ਸੋ ਗੁਰਵਿੰਦਰ ਜੀ, ਮੌਕੇ 'ਤੇ ਜਦੋਂ ਬੱਚਾ ਆਉਂਦਾ ਹੈ ਅਪਲਾਈ ਕਰਦਾ ਹੈ ਜੀ, ਕਈ ਵਾਰ ਘਰੋਂ ਇੰਨੇ ਪੈਸੇ ਨਹੀਂ ਲੈ ਕੇ ਆਉਂਦਾ ਜਿੰਨੇ ਏਜੰਟ ਮੰਗ ਲੈਂਦਾ, 20-25 ਹਜ਼ਾਰ ਰੁਪਏ ਆਪਣੀ ਫੀਸ, 10-15 ਹਜ਼ਾਰ ਰੁਪਏ ਆਫਰ ਲੈਟਰ ਦੀ ਫੀਸ, ਕਿਹੜਾ ਵਿਦਿਆਰਥੀ ਜੇਬ 'ਚ 50 ਹਜ਼ਾਰ ਰੁਪਏ ਪਾ ਕੇ ਲਿਆਉਂਦਾ ਹੈ? ਸੋ ਕਿੰਨੇ ਪੈਸੇ ਲੈ ਕੇ ਆਉਣ, ਖਰਚਾ ਮੌਕੇ 'ਤੇ ਕੀ ਹੋਊਗਾ? ਸੋ ਜਿਹੜੇ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ, ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦੇ ਨੇ, 10 ਫਰਵਰੀ ਨੂੰ ਸੈਮੀਨਾਰ ਹੈਗਾ ਆ। ਇਸ ਤੋਂ ਪਹਿਲਾਂ ਵੀ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ, ਕੋਈ ਵੀ 1 ਰੁਪਿਆ ਲੈ ਕੇ ਆਉਣ ਦੀ ਸਾਡੇ ਆਫਿਸ ਦੇ ਵਿੱਚ ਲੋੜ ਨਹੀਂ ਹੈਗੀ। ਅਸੀਂ ਸਰ ਫ੍ਰੀ ਆਫ ਕੋਸਟ ਆਫਰ ਦੇਵਾਂਗੇ, ਕੋਈ ਪੈਸਾ ਨਹੀਂ ਅਸੀਂ ਤੁਹਾਡੇ ਤੋਂ ਪਹਿਲਾਂ ਲੈਣਾ ਹੈਗਾ। 2 ਸਾਲ ਦੀ ਪੜ੍ਹਾਈ ਅਤੇ 3 ਸਾਲ ਦੇ ਵਰਕ ਪਰਮਿਟ ਵਾਲਾ ਕਾਲਜ ਮਿਲੇਗਾ। ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕਾਲਜ ਚੇਂਜ ਕਰਨ ਦੀ ਲੋੜ ਨਹੀਂ ਹੈਗੀ। ਸੋ ਮੁਨੀ ਜੀ, ਕੋਈ ਵੀ ਪੈਸਾ ਅਸੀਂ ਸਟੂਡੈਂਟਸ ਤੋਂ ਪਹਿਲਾਂ ਨਹੀਂ ਲਵਾਂਗੇ ਇਹਦੇ ਵਿੱਚ ਜੀ। ਸੋ ਇਹਦੇ ਵਿੱਚ ਕਿਹੜੇ ਵਿਦਿਆਰਥੀ ਹੁਣ ਪ੍ਰੋਫਾਈਲ ਕੀ ਹੋਵੇ ਉਹਨਾਂ ਦਾ? 12ਵੀਂ ਪਾਸ ਬੱਚਿਆਂ ਨੂੰ ਅਸੀਂ ਹਰ ਵਾਰੀ ਕਹਿੰਦੇ ਹਾਂ ਕਿ ਜਿਨ੍ਹਾਂ ਦੇ 6 ਬੈਂਡ ਆ ਉਹ ਚਲੇ ਜਾਓ, ਜਿਨ੍ਹਾਂ 6 ਈ 'ਚ ਆ ਉਹ ਚਲੇ ਜਾਓ, 1 'ਚੋਂ 5.5 ਆ ਉਹ ਚਲੇ ਜਾਓ, 55% 60% ਨੰਬਰ ਆ ਉਹ ਚਲੇ ਜਾਓ। ਸੋ 12ਵੀਂ ਪਾਸ ਓਵਰਆਲ 6, 1 'ਚੋਂ 5.5 ਵਾਲਿਆਂ ਨੂੰ ਹਰ ਕੋਈ ਇਨਵਾਈਟ ਕਰ ਰਿਹਾ। ਹਾਂਜੀ, ਜਿਹੜੇ ਗ੍ਰੈਜੂਏਟ ਬੱਚੇ ਆ ਕਿ ਉਹ ਵੀ ਇਸ ਸੈਮੀਨਾਰ ਦਾ ਹਿੱਸਾ ਬਣ ਸਕਦੇ ਨੇ, ਮੌਕੇ 'ਤੇ ਅਪਲਾਈ ਕਰ ਸਕਦੇ ਨੇ ਤੁਹਾਡੇ ਕਾਲਜ ਜਿੱਥੇ ਤੁਸੀਂ ਅਪਲਾਈ ਕਰਵਾਓਗੇ, ਉਹਦੇ ਵਿੱਚ ਗ੍ਰੈਜੂਏਟ ਬੱਚਿਆਂ ਲਈ ਆਪਸ਼ਨਸ ਹੈਗੀਆਂ ਜੀ? ਦੇਖੋ ਜੀ, ਓਵਰਆਲ 6, 1 'ਚੋਂ 5.5 ਬੈਂਡ, ਤੁਸੀਂ +2 ਕੀਤੀ ਹੋਈ ਹੈ, ਤੁਹਾਡੀ ਪੜ੍ਹਾਈ ਦੇ ਵਿੱਚ 2-3 ਸਾਲ ਦਾ ਸਟੱਡੀ ਦਾ ਗੈਪ ਹੈ, ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਤੁਹਾਡੀ ਸਟੱਡੀ ਛੱਡੇ ਨੂੰ 2 ਸਾਲ ਹੋ ਗਏ ਨੇ, ਤੁਸੀਂ ਸਾਡੇ ਕੋਲ ਆ ਕੇ ਅਪਲਾਈ ਕਰ ਸਕਦੇ ਹੋ। +2 ਵਾਲਾ ਸਟੂਡੈਂਟ ਵੀ ਓਵਰਆਲ 6, 1 'ਚੋਂ 5.5, ਗ੍ਰੈਜੂਏਸ਼ਨ ਵਾਲਾ ਬੱਚਾ ਵੀ ਓਵਰਆਲ 6, 1 'ਚੋਂ 5.5, ਕਿਉਂਕਿ ਲਾਸਟ ਮੌਕਾ ਹੈਗਾ ਆ ਜੀ ਮਈ ਇਨਟੇਕ ਦਾ, ਸਾਡੇ ਤੋਂ 15 ਫੈਬਰਰੀ ਲਾਸਟ ਡੇਟ ਹੈ। ਇਸ ਤੋਂ ਪਹਿਲਾਂ ਅਸੀਂ ਇਸੇ ਕਰਕੇ 10 ਫੈਬਰਰੀ ਨੂੰ ਸੈਮੀਨਾਰ ਅਰੇਂਜ ਕੀਤਾ ਹੋਇਆ ਹੈ, ਕਿਉਂਕਿ ਬਹੁਤ ਬੱਚੇ ਨੇ ਜਿਹੜੇ ਮੌਂਟਰੀਅਲ ਜਾਣ ਤੋਂ ਕਹਿੰਦੇ ਨੇ ਵੀ ਉੱਥੇ ਠੰਡ ਹੈਗੀ ਆ, ਜਾਂ ਫਿਰ ਕਈ ਕਹਿੰਦੇ ਨੇ ਵੀ ਸਾਡੇ ਰਿਸ਼ਤੇਦਾਰ ਟੋਰਾਂਟੋ ਦੇ ਵਿੱਚ ਰਹਿੰਦੇ ਨੇ। ਚਲੋ ਗੁਰਵਿੰਦਰ ਜੀ, ਬਾਕੀ ਗੱਲ ਬਾਤ ਕਰਾਂਗੇ, ਪਹਿਲਾਂ ਠੰਡ ਦੇ ਮੁੱਦੇ 'ਤੇ ਆ ਜਾਈਏ। ਇਹ ਬਹੁਤ ਗੱਲਾਂ ਮੈਂ ਵੀ ਸੁਣੀਆਂ, ਬੱਚੇ ਕਹਿੰਦੇ ਜੀ ਮੌਂਟਰੀਅਲ ਨਹੀਂ ਜਾਣਾ, ਉੱਥੇ ਠੰਡ ਬਹੁਤ ਆ। ਸੋ ਟੋਰਾਂਟੋ ਅਤੇ ਮੌਂਟਰੀਅਲ 'ਚ ਕੀ ਵਾਕਈ ਇੰਨੇ ਠੰਡ ਦਾ ਫਰਕ ਆ ਗਿਆ ਬੱਚਾ ਟੋਰਾਂਟੋ ਜਾਣ ਤੋਂ ਠੰਡ ਤੋਂ ਡਰਦਾ? ਦੇਖੋ ਮਨੀ ਸਰ, ਸਭ ਤੋਂ ਪਹਿਲਾਂ ਕਿ ਜਿਹੜਾ ਪੰਜਾਬ ਤੋਂ ਪਾਪੂਲਰ ਨੇ ਸਟੇਟਸ ਕੈਨੇਡਾ ਦੀਆਂ, ਉਹਦੇ ਵਿੱਚ ਜਿਹੜਾ ਪੰਜਾਬ ਵਾਸਤੇ ਪਾਪੂਲਰ ਨੇ ਉਹ ਜ਼ਿਆਦਾਤਰ ਟੋਰਾਂਟੋ ਹੀ ਰਿਹਾ ਆ, ਜਾਂ ਫਿਰ ਸਰੀ ਜਾਂ ਵੈਂਕੂਵਰ, ਠੀਕ ਆ। ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਨੋਰਮਲੀ ਕਿਸੇ ਦਾ ਰਿਸ਼ਤੇਦਾਰ, ਸੱਜਣ ਮਿੱਤਰ, ਭੈਣ ਭਾਈ, ਹਰ ਇਹ ਇਹਨਾਂ ਲੋਕੇਸ਼ਨਸ ਦੇ ਵਿੱਚ ਜਾ ਕੇ ਵਸਿਆ ਹੋਇਆ ਹੈ, ਅਤੇ ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੇ ਕੋਲ ਹੀ ਜਾਈਏ। ਬਟ ਠੰਡ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਕਿ ਹੁਣ ਤੁਸੀਂ ਇੱਥੇ ਦੀ ਠੰਡ ਦੇਖ ਲਓ, ਸਾਡੇ ਵੀ ਇੱਥੇ 1 ਟੈਂਪਰੇਚਰ ਸੀਗਾ। ਸੋ ਇੰਨੀ ਕੀ ਠੰਡ ਦਾ ਫਰਕ ਉੱਥੇ ਆ ਜਿੰਨਾ ਕਿ ਸਾਡੇ ਪੰਜਾਬ ਅਤੇ ਹਿਮਾਚਲ ਦੇ ਵਿੱਚ ਠੰਡ ਦਾ ਫਰਕ ਆ, ਇੰਨਾ ਕੀ ਟੋਰਾਂਟੋ ਅਤੇ ਮੌਂਟਰੀਅਲ ਦੇ ਵਿੱਚ ਫਰਕ ਹੋਵੇਗਾ। ਕੋਈ ਜ਼ਿਆਦਾ ਠੰਡ ਨਹੀਂ ਹੈਗੀ, ਦੁਨੀਆ ਵੱਸਦੀ ਆ ਉੱਥੇ, ਅਸੀਂ ਵੀ ਇੱਥੇ ਹੁਣ ਕਿੰਨੀ ਜ਼ਿਆਦਾ ਠੰਡ ਸੀਗੀ, ਅਸੀਂ ਵੀ ਤਾਂ ਬੈਠੇ ਹਾਂ। ਇਹ ਚੀਜ਼ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ, ਇੱਦਾਂ ਦਾ ਕੋਈ ਵੀ ਕੁਛ ਨਹੀਂ ਹੈਗਾ, ਤੁਸੀਂ ਚੈੱਕ ਕਰ ਸਕਦੇ ਹੋ। ਅਸੀਂ ਮੈਂ ਇਹਦੇ ਵਿੱਚ ਹੀ ਬੱਚੇ ਦੀ ਵੀਡੀਓ ਦਿਖਾਊਂਗਾ ਤੁਹਾਨੂੰ ਸ਼ੋਅ ਦੇ ਲਾਸਟ ਦੇ ਵਿੱਚ, ਜਿਹੜੇ ਬੱਚੇ ਆਲਰੇਡੀ ਸਾਡੇ ਕਾਲਜਿਸ ਦੇ ਵਿੱਚ ਪੜ੍ਹਦੇ ਨੇ, ਸੋ ਮੈਂ ਉਹਨਾਂ ਦਾ ਵੀ ਤੁਹਾਨੂੰ ਇੱਕ ਬਾਈਟ ਦਿਖਾਊਂਗਾ ਇਹਦੇ ਵਿੱਚ ਜੀ। ਸੋ ਰਿਜੈਕਸ਼ਨ ਬਹੁਤ ਜ਼ਿਆਦਾ ਵੇਖੀਆਂ ਗਈਆਂ ਵੈਨਕੂਵਰ ਵਾਲੀ ਸਾਈਡ 'ਤੇ, ਟੋਰਾਂਟੋ ਵਾਲੀ ਸਾਈਡ 'ਤੇ, ਜਦੋਂ ਬੱਚਿਆਂ ਨੇ 7-7 ਬੈਂਡ, 7.5-7 ਬੈਂਡ ਵਾਲੇ ਬੱਚਿਆਂ ਦੇ ਰਿਜੈਕਸ਼ਨ ਵੇਖੀਆਂ ਗਈਆਂ। ਸੋ ਕੀ ਕਾਰਨ ਸੀ ਵੈਨਕੂਵਰ ਦੇ ਵਿੱਚ, ਟੋਰਾਂਟੋ ਦੇ ਵਿੱਚ 7.5-7 ਬੈਂਡ ਵਾਲੇ ਬੱਚਿਆਂ ਦੇ ਰਿਜੈਕਸ਼ਨ ਆਉਣੀਆਂ ਕਿਉਂ ਸ਼ੁਰੂ ਹੋ ਗਈਆਂ, ਜਦਕਿ ਮੌਂਟਰੀਅਲ ਜਾਂ ਕਿਊਬਿਕ ਵਾਲੀ ਸਾਈਡ 'ਤੇ ਦੇਖ ਰਹੇ ਹਾਂ ਤਾਂ 6 ਬੈਂਡ ਵਾਲੇ ਵਾਲੇ ਬੱਚਿਆਂ ਦੇ ਵੀਜ਼ੇ ਆ ਰਹੇ ਆ, ਕਿਉਂ? ਰਿਜੈਕਸ਼ਨ ਦਾ ਕਾਰਨ ਕੀ ਹੈ? ਔਰ ਇਹ ਪਹਿਲਾ ਸਵਾਲ। ਦੂਸਰਾ ਸਵਾਲ, ਅਰਲੀ ਚਾਈਲਡਹੁੱਡ ਕੋਰਸ ਦੇ ਵਿੱਚ ਬਹੁਤ ਸਾਰੀਆਂ ਰਿਜੈਕਸ਼ਨ ਵੇਖਣ ਨੂੰ ਮਿਲ ਰਹੀਆਂ ਨੇ, ਸੋ ਇਹਦਾ ਕਾਰਨ ਕੀ ਹੈ? ਦੇਖੋ ਮਨੀ ਜੀ, ਜਿਹੜੇ ਤਾਂ 6 ਈਚ ਬੈਂਡ ਵਾਲੇ ਬੱਚੇ ਨੇ ਜਾਂ ਫਿਰ 6.5 ਬੈਂਡ ਵਾਲੇ ਬੱਚੇ ਨੇ, ਉਹਨਾਂ ਦੇ ਤਾਂ ਚਲੋ ਅੰਡਰ SDS ਫਾਈਲ ਲੱਗਦੀ ਆ, ਉਹਨਾਂ ਦੇ ਵੀਜ਼ੇ ਨਿਕਲਦੇ ਆ, ਸਕਸੈਸ ਰੇਟ ਹਾਈ ਹੈਗਾ ਆ ਟੋਰਾਂਟੋ ਐਂਡ ਵੈਂਕੂਵਰ ਵਾਲੀ, ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ 'ਤੇ। ਹੁਣ ਜਿਹੜੇ ਬੱਚੇ ਓਵਰਆਲ 6 ਬੈਂਡ ਨੇ, 1 'ਚੋਂ 5.5 ਬੈਂਡ ਨੇ, ਉਹ ਵੀ ਜ਼ਿਆਦਾ ਪ੍ਰੈਫਰ ਟੋਰਾਂਟੋ ਅਤੇ ਵੈਂਕੂਵਰ ਨੂੰ ਕਰਦੇ ਆ, ਕਿਉਂਕਿ ਤੁਹਾਨੂੰ ਵੀ ਪਤਾ ਆ ਸਿਰਫ 2-3 ਕਾਲਜ ਯੂਨੀਵਰਸਿਟੀਆਂ ਨੇ ਜਿਹੜੇ ਵੈਂਕੂਵਰ ਜਾਂ ਫਿਰ ਟੋਰਾਂਟੋ ਦੇ ਵਿੱਚ ਓਵਰਆਲ 6, 1 'ਚੋਂ 5.5 ਬੈਂਡ ਲੈਂਦੇ ਨੇ। ਹੁਣ ਜਦੋਂ ਅਸੀਂ ਉਹਨਾਂ ਲੋਕੇਸ਼ਨਾਂ ਦੇ ਵਿੱਚ ਫਾਈਲ ਲਾਉਂਦੇ ਹਾਂ ਜਿੱਥੇ 6.5 ਵਾਲੀਆਂ ਫਾਈਲਸ ਨੇ, 7 ਬੈਂਡ ਵਾਲੀਆਂ ਫਾਈਲਸ ਨੇ, ਤਾਂ ਉੱਥੇ ਰਿਜੈਕਸ਼ਨ ਦਾ ਮੁੱਦਾ ਇਹੀ ਹੁੰਦਾ ਹੈ, ਜ਼ਿਆਦਾ ਰੀਜ਼ਨ ਵੱਡਾ ਇਹੀ ਹੁੰਦਾ ਕਿ ਉੱਥੇ ਪ੍ਰੋਫਾਈਲਸ ਬਹੁਤ ਵਧੀਆ ਨੇ। ਸੋ ਸਾਡੇ 6 ਨੋਟ ਲੈਸ ਦੈਨ 5.5 ਵਾਲੇ ਬੱਚੇ ਦਾ ਉਹਨਾਂ ਲੋਕੇਸ਼ਨਸ ਵੀਜ਼ਾ ਘੱਟ ਆਉਂਦਾ ਹੈਗਾ ਆ। ਸੋ ਇਹ ਮੌਕਾ ਹੈਗਾ ਆ ਤੁਹਾਡੇ ਤੋਂ ਮੌਂਟਰੀਅਲ ਦੇ ਵਿੱਚ ਜਾਣ ਦਾ। ਮੇਨ ਤੁਹਾਡਾ ਇੱਕ ਵੀਜ਼ਾ ਜਿਹੜਾ ਹੈ ਪਾਸਪੋਰਟ 'ਤੇ ਕੈਨੇਡਾ ਦਾ ਲੱਗਾ ਹੋਵੇ, ਇੱਕ ਚੰਗੇ ਕਾਲਜ ਦਾ,
ਉਹ ਅਸੀਂ ਤੁਹਾਨੂੰ ਚੰਗਾ ਕਾਲਜ ਦੇਵਾਂਗੇ, 2 ਸਾਲ ਦੀ ਪੜ੍ਹਾਈ, 3 ਸਾਲ ਦਾ ਵਰਕ ਪਰਮਿਟ। ਤੁਸੀਂ ਮੌਂਟਰੀਅਲ ਤੋਂ ਟੋਰਾਂਟੋ ਜਾ ਸਕਦੇ ਹੋ, 2 ਦਿਨ ਤੁਹਾਡਾ ਕਾਲਜ ਹੈ, ਸਿਰਫ ਵੀਕਐਂਡ ਕਲਾਸਿਸ ਹੈਗੀਆਂ ਨੇ। ਤੇ ਮਨੀਸ਼ ਜੀ, ਜਿਹੜਾ ਤੁਸੀਂ ਸੈਕਿੰਡ ਪੁੱਛਿਆ ਸੀਗਾ ਕੁਐਸਚਨ, ਬਹੁਤ ਵਧੀਆ ਹੈਗਾ ਆ। ਅਰਲੀ ਚਾਈਲਡਹੁੱਡ ਦੇ ਵਿੱਚ ਰਿਫਿਊਜ਼ਲਸ ਕਿਉਂ ਆ ਰਹੀਆਂ ਨੇ? ਹੁਣ ਅਰਲੀ ਚਾਈਲਡਹੁੱਡ ਕੋਰਸ ਜਿਹੜਾ ਹੈਗਾ ਜੀ, ਬੱਚਿਆਂ ਨੂੰ ਦੇਖਭਾਲ ਕਿੱਦਾਂ ਕਰਨੀ ਆ? ਮਨੀਸ਼ ਜੀ, ਜ਼ਿਆਦਾਤਰ ਜਿਹੜੇ ਵੀ ਸਾਨੂੰ, ਅਸੀਂ ਕਾਲਜਿਸ ਨਾਲ ਡੀਲ ਕਰਦੇ ਹੈਗੇ ਹਾਂ, ਹਰ ਇੱਕ ਕਾਲਜ ਦੀ ਮੇਲ ਆਉਂਦੀ ਹੈਗੀ ਆ ਕਿ ਸਾਨੂੰ ਸਿਰਫ ਫੀਮੇਲ ਕੈਂਡੀਡੇਟ ਚਾਹੀਦਾ, ਮਤਲਬ ਕਿ ਕੁੜੀਆਂ ਹੀ ਇਸ ਕੋਰਸ ਦੇ ਵਿੱਚ ਅਪਲਾਈ ਕਰਨ। ਸੋ ਜ਼ਿਆਦਾਤਰ ਕੰਸਲਟੈਂਟਸ ਦੇ ਵੱਲੋਂ ਮੈਨੂੰ ਵੀ ਰਿਫਿਊਜ਼ਲਾਂ ਜਿਹੜੀਆਂ ਦੇਖਣ ਨੂੰ ਮਿਲੀਆਂ, ਬੱਚੇ ਵਿਜ਼ਿਟ ਕਰਦੇ ਨੇ। ਕੱਲ੍ਹ ਵੀ ਇੱਕ ਲੜਕਾ ਔਫਿਸ ਵਿਜ਼ਿਟ ਕੀਤਾ, ਉਹਨੇ ਵੀ ਅਰਲੀ ਚਾਈਲਡਹੁੱਡ ਤੋਂ ਸਰ ਰਿਫਿਊਜ਼ਲ ਆ ਮੇਰੀ, ਮੈਂ ਮੌਂਟਰੀਅਲ 'ਚ ਅਪਲਾਈ ਕੀਤਾ ਸੀ। ਸੋ ਇਹ ਜਿਹੜਾ ਕੋਰਸ ਹੈਗਾ ਆ, ਇਹ ਲੜਕਿਆਂ ਵਾਸਤੇ ਨਹੀਂ ਹੈਗਾ। ਤੁਸੀਂ ਆਰਟਸ ਕੀਤੀ ਹੋਈ ਹੈ, ਠੀਕ ਹੈ, ਇੱਕ ਲੜਕੀ ਨੇ ਮੈਡੀਕਲ ਕੀਤਾ ਹੈ, ਜਾਂ ਲੜਕੀਆਂ ਨੇ ਆਰਟਸ ਕੀਤੀ ਹੋਈ ਹੈ, ਉਹਨਾਂ ਦਾ ਹਾਈ ਸਕਸੈਸ ਰੇਟ ਹੈਗਾ ਆ ਅਰਲੀ ਚਾਈਲਡਹੁੱਡ ਦੇ ਵਿੱਚ। ਪਲੀਜ਼ ਲੜਕੇ ਨਾ ਅਪਲਾਈ ਕਰੋ, ਲੜਕਿਆਂ ਵਾਸਤੇ ਜਿਨ੍ਹਾਂ ਨੇ ਆਰਟਸ ਕੀਤੀ ਹੋਈ ਹੈ ਜਾਂ ਫਿਰ ਮੈਡੀਕਲ ਕੀਤਾ ਹੋਇਆ ਹੈ, ਆਰਟਸ ਵਾਲਿਆਂ ਵਾਸਤੇ ਸਾਡੇ ਤੋਂ ਸੋਸ਼ਲ ਮੀਡੀਆ ਮੈਨੇਜਮੈਂਟ ਦਾ ਕੋਰਸ ਹੈਗਾ ਆ, ਮੈਡੀਕਲ ਅਸਿਸਟੈਂਟ ਦਾ ਕੋਰਸ ਹੈਗਾ ਆ ਲੜਕਿਆਂ ਦੇ ਵਾਸਤੇ। ਸੋ ਮਨੀਸ਼ ਜੀ, ਜਿਹੜੇ ਰਿਫਿਊਜ਼ਲ ਆਉਂਦੀਆਂ ਨੇ ਅਰਲੀ ਚਾਈਲਡਹੁੱਡ ਦੀਆਂ, ਉਹ ਜ਼ਿਆਦਾਤਰ ਲੜਕਿਆਂ ਦੀਆਂ ਹੀ ਦੇਖਣ ਨੂੰ ਮਿਲਦੀਆਂ। ਕੁੜੀਆਂ ਦਾ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੈਗਾ। ਅੱਛਾ, ਜਦੋਂ ਰਿਫਿਊਜ਼ ਹੋ ਜਾਂਦਾ ਵੀਜ਼ਾ ਤੁਹਾਡੇ ਕੋਲ, ਤੁਸੀਂ ਕਿਹਾ ਕਿ ਬਹੁਤ ਲੋਕ ਵਿਜ਼ਿਟ ਕਰਦੇ ਨੇ ਰਿਫਿਊਜ਼ਲ ਤੋਂ ਬਾਅਦ, ਰਿਫਿਊਜ਼ ਹੋ ਜਾਂਦਾ ਕਿ ਉਹੋ ਜਿਹੇ ਕੇਸਿਸ ਦੇ ਤੁਸੀਂ ਸੈਮੀਨਾਰ 'ਚ ਰਹੋਗੇ, ਰਿਫਿਊਜ਼ਲ ਤੋਂ ਬਾਅਦ ਵੀਜ਼ਾ ਆ ਜਾਂਦਾ ਬੱਚੇ ਦਾ? ਜੀ। ਸੋ ਤੁਸੀਂ ਇੱਕ ਵਾਰ ਰਿਫਿਊਜ਼ ਹੋ ਕੈਨੇਡਾ ਤੋਂ, 2 ਵਾਰ ਹੋ, 4 ਵਾਰ ਹੋ, ਸਾਡੇ ਤੋਂ ਹਰ ਤਰ੍ਹਾਂ ਦੀ ਆਪਸ਼ਨ ਹੈਗੀ ਆ, ਠੀਕ ਹੈ ਜੀ। ਅਸੀਂ ਤੁਹਾਡੀ ਪ੍ਰੋਫਾਈਲ ਦੇਖ ਕੇ, ਤੁਹਾਡਾ ਕੋਰਸ ਦੇਖ ਕੇ, ਰਿਫਿਊਜ਼ਲ ਦਾ ਰੀਜ਼ਨ ਦੇਖ ਕੇ ਕਿ ਰੀਜ਼ਨ ਕੀ ਹੈਗਾ ਆ, ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਸਾਡੇ ਤੋਂ ਇਹ ਵੀ ਆਪਸ਼ਨਸ ਹੈਗੀਆਂ ਨੇ, ਤੁਹਾਡੀ ਰਿਫਿਊਜ਼ਲ ਆ, ਤੁਸੀਂ ਸਾਨੂੰ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਵਿੱਚ ਦਿਓ, ਅਸੀਂ ਤੁਹਾਡੇ ਤੋਂ ਇੱਕ ਸਿੰਗਲ ਪੈਨੀ ਵੀ ਨਹੀਂ ਪਹਿਲਾਂ ਲਵਾਂਗੇ। ਨੋ ਐਪਲੀਕੇਸ਼ਨ ਫੀਸ, ਨੋ ਅੰਬੈਸੀ ਫੀਸ, ਨੋ ਟਿਊਸ਼ਨ ਫੀਸ। ਸੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਵਿੱਚ ਲਵਾਂਗੇ, ਜਿਨ੍ਹਾਂ ਬੱਚਿਆਂ ਦੀ ਆਲਰੇਡੀ 2-2 3-3 ਵਾਰ ਰਿਫਿਊਜ਼ ਨੇ ਅਤੇ ਡਰਦੇ ਨੇ ਕਿਤੇ ਸਾਡਾ ਪੈਸਾ ਦੁਬਾਰਾ ਨਾ ਖਰਾਬ ਹੋ ਜੀ। ਸੋ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਕਰੀਅਰ ਦਿਸ਼ਾ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਕੋਈ ਜਾਣਕਾਰੀ ਕੈਨੇਡਾ ਜਾਣ ਸੰਬੰਧੀ ਚਾਹੁੰਦੇ ਹੋ, ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਆਪਣੀ ਸੀਟਾਂ ਬੁੱਕ ਕਰਵਾਉਣਾ ਚਾਹੁੰਦੇ ਹੋ ਜਲੰਧਰ ਸੈਮੀਨਾਰ ਦੇ ਵਿੱਚ, ਤਾਂ ਕਾਲ ਕਰ ਸਕਦੇ ਹੋ 90-23-148-148। ਸੈਮੀਨਾਰ ਦੇ ਵਿੱਚ ਕਿਤੇ ਬਿਜ਼ੀ ਹੋ ਨਹੀਂ ਆ ਸਕਦੇ 10 ਤਰੀਕ ਨੂੰ, ਰੂਟੀਨ ਦੇ ਵਿੱਚ ਤੁਸੀਂ ਇਹਨਾਂ ਦੇ ਦਫ਼ਤਰਾਂ 'ਚ ਵਿਜ਼ਿਟ ਕਰ ਸਕਦੇ ਹੋ। ਜਲੰਧਰ ਆਫਿਸ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਦਾ ਰੂਟੀਨ ਵਰਕਿੰਗ ਡੇਜ਼ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਪਰ ਆਉਣ ਤੋਂ ਪਹਿਲਾਂ ਕਾਲ ਜ਼ਰੂਰ ਕਰ ਲਓ 90-23-148-148 ਨੰਬਰ 'ਤੇ। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 90-23-148-148 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਨੂੰ ਮਿਲ ਸਕਦੇ ਹੋ। ਔਰ ਕਨੇਡਾ, UK, US ਔਰ ਸ਼ੈਨਿੰਗਨ, ਸਿੰਗਾਪੁਰ, ਸਾਈਪਰਸ, ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਪੜ੍ਹਨ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ, ਤਾਂ ਇਸ ਨੰਬਰ 'ਤੇ ਕਾਲ ਕਰਕੇ 90-23-148-148 ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਜੀ। ਸੋ ਜਿਹੜੇ ਵੀ ਵਿਦਿਆਰਥੀ ਪਲੱਸ 2 ਪਾਸ ਨੇ, 12ਵੀਂ ਪਾਸ ਨੇ, ਗ੍ਰੈਜੂਏਟ ਨੇ, ਓਵਰਆਲ 6 ਬੈਂਡ ਕਿਸੇ ਇੱਕ 'ਚੋਂ 5.5 ਬੈਂਡ ਆ, 55-60% ਨੰਬਰ ਹੈਗੇ ਨੇ, 1-2 ਸਾਲ 3 ਸਾਲ ਦਾ ਸਟੱਡੀ ਗੈਪ, ਔਰ ਗੈਪ ਦੇ ਵਿੱਚ ਕੀਤਾ ਕਿ ਉਹਦੀ ਜਸਟੀਫਿਕੇਸ਼ਨ ਹੈ ਕੀ ਆ, ਚਾਹੇ ਤੁਸੀਂ ਨੋਨ ਮੈਡੀਕਲ ਪਾਸ ਹੋ, ਚਾਹੇ ਮੈਡੀਕਲ ਪਾਸ ਹੋ, ਚਾਹੇ ਕਾਮਰਸ ਪਾਸ ਹੋ, ਚਾਹੇ ਆਰਟਸ ਪਾਸ ਹੋ, ਚਾਹੇ ਕੰਪਿਊਟਰ ਨਾਲ ਕੋਈ ਸਟੱਡੀ ਖਤਮ ਕੀਤੀ ਹੈ, ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਤੁਸੀਂ ਘੱਟ ਫੀਸ 'ਤੇ ਕਨੇਡਾ ਜਾ ਸਕਦੇ ਹੋ। ਸੋ ਅੱਜ ਚਰਚਾ ਹੈ 5 ਲੱਖ ਦੇ ਵਿੱਚ ਕਨੇਡਾ ਜਾਓ, ਸਾਲ ਦੀ ਫੀਸ ਲਓ, ਕੋਈ ਕਹਿ ਰਿਹਾ 4.5 ਲੱਖ 'ਚ ਕਨੇਡਾ ਜਾਓ, ਕੋਈ ਕਹਿ ਰਿਹਾ 4 ਲੱਖ 'ਚ ਕਨੇਡਾ ਜਾਓ, ਕਰੀਅਰ ਦਿਸ਼ਾ ਇਮੀਗ੍ਰੇਸ਼ਨ ਕਿੰਨੇ 'ਚ ਕਨੇਡਾ ਭੇਜੂਗਾ? ਸੋ ਦੇਖੋ, ਜਿਹੜੇ ਕਾਲਜ ਦੇ ਵਿੱਚ ਅਸੀਂ ਤੁਹਾਨੂੰ ਪਾਵਾਂਗੇ, ਜਿਹੜਾ ਕਿ ਅੱਜ ਕੱਲ੍ਹ ਪ੍ਰਮੋਟ ਹੋ ਰਿਹਾ 5 ਲੱਖ 'ਚ ਕਨੇਡਾ ਜਾਓ, ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਤੁਹਾਨੂੰ ਸੀਟ ਮਿਲਦੀ ਹੈ, ਜਿਹਦੇ ਵਿੱਚ ਆਫਟਰ ਸਟੱਡੀ ਪੋਸਟ ਵਰਕ ਪਰਮਿਟ ਨਹੀਂ ਹੁੰਦਾ, ਠੀਕ ਹੈ। ਜਿਹੜੇ ਕਾਲਜ ਅਸੀਂ ਤੁਹਾਨੂੰ ਦੇਵਾਂਗੇ, 2 ਸਾਲ ਦੀ ਪੜ੍ਹਾਈ, 3 ਸਾਲ ਦਾ ਵਰਕ ਪਰਮਿਟ, 15 ਮਿੰਟ ਦੇ ਵਿੱਚ ਔਫਰ ਲੈਟਰ। ਸੋ ਜਿਹੜੀ 1 ਸਾਲ ਦੀ ਤੁਹਾਡੀ ਟਿਊਸ਼ਨ ਫੀਸ ਹੋਊਗੀ, ਉਹ ਸੱਚ ਦੇ ਵਿੱਚ ਹੀ 5 ਲੱਖ ਹੈਗੀ ਹੈ, ਤੁਹਾਡੀ ਔਫਰ ਲੈਟਰ 'ਤੇ ਲਿਖੀ ਜਾਊਗੀ। ਤੁਹਾਡਾ 2 ਸਾਲ ਦਾ ਕੋਰਸ ਹੈਗਾ ਜੀ, $18,750 2 ਸਾਲ ਦੀ ਫੀਸ ਆ, ਇਹ ਫੀਸ ਤੁਹਾਡੀ ਔਫਰ 'ਤੇ ਲਿਖੀ ਜਾਊਗੀ। ਤੁਸੀਂ ਕਾਮਰਸ ਕੀਤੀ ਹੋਈ ਹੈ, ਸਾਡੇ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਹੈਗਾ ਆ, ਤੁਸੀਂ ਮੈਡੀਕਲ ਕੀਤਾ ਹੋਇਆ ਹੈ, ਸਾਡੇ ਕੋਲ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਕੋਰਸ ਹੈ, ਤੁਸੀਂ ਨੋਨ ਮੈਡੀਕਲ ਕੀਤੀ ਹੈ, ਸਾਡੇ ਕੋਲ ਨੈਟਵਰਕਿੰਗ ਐਂਡ ਕੰਪਿਊਟਰ ਸਪੋਰਟ ਦਾ ਕੋਰਸ ਹੈਗਾ ਆ, ਡੇਟਾਬੇਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਹੈਗਾ ਆ, ਹਰ ਫੀਲਡ ਦੇ ਸਾਡੇ ਤੋਂ ਕੋਰਸ ਜਿਹੜੇ ਨੇ ਅਵੇਲੇਬਲ ਹੈਗੇ ਨੇ। ਇਹਦੇ ਵਿੱਚ 1 ਸਾਲ ਦੀ ਫੀਸ ਸਿਰਫ 5 ਲੱਖ ਰੁਪਏ, ਠੀਕ ਹੈ। ਪ੍ਰੋਪਰ ਤੁਹਾਡੀ ਔਫਰ ਲੈਟਰ ਆਵੇਗੀ, ਤੁਹਾਨੂੰ ਸਟੈਪ ਬਾਏ ਸਟੈਪ ਤੁਹਾਡਾ ਪ੍ਰੋਸੈਸ ਤੁਹਾਨੂੰ ਪਤਾ ਲੱਗੇਗਾ, ਤੁਹਾਡੀ ਫਾਈਲ ਕਿੱਥੇ ਪਹੁੰਚ ਗਈ। ਔਫਰ ਲੈਟਰ ਦੀ ਕੋਈ ਫੀਸ ਨਹੀਂ, ਸਿਰਫ 15 ਮਿੰਟ 'ਚ ਔਫਰ ਲੈਟਰ। ਮਈ ਇਨਟੇਕ ਜਾਣ ਦਾ ਲਾਸਟ ਸੈਮੀਨਾਰ ਜਿਹੜਾ ਹੈਗਾ ਆ ਉਹ 10 ਫੈਬਰਰੀ ਨੂੰ ਹੈਗਾ ਆ, ਉਸ ਤੋਂ ਬਾਅਦ ਤੁਸੀਂ ਸਪਤੰਬਰ ਇਨਟੇਕ ਦੇ ਵਿੱਚ ਜਾ ਸਕਦੇ ਹੋ। ਆਪਣਾ
टाइम ना खराब करो, डॉक्यूमेंट चको ते ऑफिस पहुंचो, सेमिनार दा हिस्सा बनो। क्योंकि मनीष जी जदों असीं मॉन्ट्रियल नूं प्रमोट करना स्टार्ट कीता सी उस टाइम ते ओवरऑल 6 to 5 वाले बच्चे दे भी वीजे आ रहे सी। असी बहुत उस टाइम ते बहुत बच्चों ने वीज़ा भी अप्लाई किया ते बच्चे चल भी गए। कई बच्चे ये सोचते सी असी दोबारा आयल्स कर लेने हैं। सो दोबारा आयल्स भी जिन्होंने किया कईयां दे तां बैंड नहीं आए, जिन्हां दे बैंड आए 1 to 5, उन्हां वास्ते फिर ऑप्शन मॉन्ट्रियल दी ही रह गई। तो जिहड़े 2 to 5 रह गए हुण मॉन्ट्रियल, वह फाइल नूं पिक नहीं करता, वीज़ा सक्सैस रेट बहुत ज़्यादा घट हैगा आ। इस टाइम ते 6 to 5 ते वीज़ा आ रहा है, उहदा बेनीफिट चक्को। ਜਿਹੜੇ ਕਾਲਜਿਸ ਮਨੀਸ਼ ਜੀ ਅਸੀਂ ਡੀਲ ਕਰਦੇ ਹੈਗੇ ਹਾਂ ਉਹਨਾਂ ਕਾਲਜਿਸ ਦੀਆਂ ਵੀ ਮੇਲ ਆ ਗਈਆਂ ਕਿ ਸਾਡੇ ਤੋਂ ਸਟੂਡੈਂਟਸ ਕਾਫੀ ਹੋ ਗਏ ਨੇ, ਇਸ ਕਰਕੇ ਅਸੀਂ ਜਿਹੜਾ ਅਗਲਾ ਇਨਟੇਕ ਹੈਗਾ ਆ ਹੋਪ ਆ ਕਿ 6 each ਹੀ ਕਰ ਦੇਣ ਉਹ। ਤੋ ਇਹ ਮੌਕਾ ਜਿਹੜਾ ਹੈਗਾ ਆ ਇਹਦਾ ਬੈਨੀਫਿਟ ਚੱਕੋ ਤੁਸੀਂ। ਆਖਰੀ ਤਰੀਕ ਕੀ ਅਪਲਾਈ ਕਰਨ ਦੀ ਜੇ ਕਿਸੇ ਓਵਰ ਵਿੱਚ 5 ਬੈਂਡ ਤੇ ਅਪਲਾਈ ਕਰਨਾ ਚਾਹੁੰਦੇ? ਸਰ ਜਿਹੜੀ ਆਖਰੀ ਤਰੀਕ ਹੈਗੀ ਆ ਉਹ 15 February ਹੈਗੀ ਆ, ਲਾਸਟ ਡੈਡਲਾਈਨ ਜਿਹੜੀ ਕਾਲਜਿਸ ਦੇ ਵੱਲੋਂ ਦਿੱਤੀ ਗਈ ਆ, ਕਿਉਂਕਿ ਇਸ ਤੋਂ ਬਾਅਦ ਸਾਨੂੰ ਨਹੀਂ ਮਿਲਣੀ ਹੈਗੀ ਸੀਟ। ਉਸ ਤੋਂ ਪਹਿਲਾਂ ਇਸੇ ਕਰਕੇ 10 ਨੂੰ ਸੈਮੀਨਾਰ ਅਰੇਂਜ ਕੀਤਾ ਗਿਆ ਹੈ ਕਿ ਉਸਦਾ ਹਿੱਸਾ ਬਣੋ, ਆਪਣੀ ਸੀਟ ਲਵੋ, ਅਤੇ ਮਈ ਇਨਟੇਕ ਦੇ ਵਿੱਚ ਹੀ ਰੂਲ ਚੇਂਜ ਹੋਣ ਤੋਂ ਬਾਅਦ ਪਹਿਲਾਂ ਹੀ ਤੁਸੀਂ ਕੈਨੇਡਾ ਪਹੁੰਚੋ। ਕਿਉਂਕਿ ਜਦੋਂ SDS ਆਇਆ ਸੀ 6 each ਬੈਂਡ ਹੋ ਗਏ ਨੇ, ਟੋਰਾਂਟੋ, ਵੈਂਕੋਵਰ, ਬ੍ਰਿਟਿਸ਼ ਕੋਲੰਬੀਆ, ਜਿੱਥੇ ਵੀ ਤੁਸੀਂ ਜਾਂਦੇ ਹੋ ਜ਼ਿਆਦਾ ਸਕਸੈਸ ਰੇਟ 6 each ਵਾਲੇ ਬੱਚੇ ਦਾ ਹੀ ਹੈਗਾ ਆ। ਸੋ ਇੱਕ ਮੋਂਟਰੀਅਲ ਹੀ ਇਹੋ ਜਿਹੀ ਸਿਟੀ ਹੈਗੀ ਆ ਕਿ ਜਿੱਥੇ ਤੁਸੀਂ ਓਵਰਆਲ 6 to 5 ਤੇ ਜਾ ਸਕਦੇ ਹੋ ਜੀ। ਸੋ ਦਰਸ਼ਕਾਂ ਨੂੰ ਦੱਸਦੀ ਕਿ ਅੱਜ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਗੁਰਵਿੰਦਰ ਸਿੰਘ ਜੀ ਸਾਨੂੰ ਸਟੂਡੀਓ ਵਿੱਚ ਆਏ, ਸਾਨੂੰ ਜਾਣਕਾਰੀ ਦਿੱਤੀ ਸੈਮੀਨਾਰ ਬਾਰੇ, ਕੈਨੇਡਾ ਜਾਣ ਬਾਰੇ। ਜਿਹੜੇ ਵਿਦਿਆਰਥੀਆਂ ਦੇ ਓਵਰਆਲ 6 ਬੈਂਡ ਰਹਿ ਗਏ, ਕਿਸੇ 1 to 5 ਬੈਂਡ ਰਹਿ ਗਏ, ਨੰਬਰ 50-55% ਨੰਬਰ ਹੈਗੇ ਆ, ਮਈ ਸੈਸ਼ਨ ਵਿੱਚ ਕੈਨੇਡਾ ਜਾਣਾ ਚਾਹੁੰਦੇ ਨੇ, ਫੀਸ ਘੱਟ ਦੇਣਾ ਚਾਹੁੰਦੇ ਨੇ, 4.5 lakh rupees ਸਾਲ ਦੀ ਫੀਸ ਦੇ ਕੇ ਕੈਨੇਡਾ ਜਾਣਾ ਚਾਹੁੰਦੇ ਨੇ, ਔਰ ਪੜ੍ਹਾਈ ਮਗਰੋਂ 3 ਦਾ ਪੋਸਟ ਸਟੱਡੀ ਵਰਕ ਪਰਮਿਟ ਵੀ ਚਾਹੁੰਦੇ ਨੇ, ਉਹ ਤੁਰੰਤ ਆਪਣੇ ਕੇਸਿਸ ਚੁੱਕੋ ਔਰ ਕਰੇ ਦਿਸ਼ਾ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ ਤਾਂ ਕਿ ਤੁਹਾਡੇ ਮਈ ਸੈਸ਼ਨ ਵਿੱਚ ਕੈਨੇਡਾ ਜਾਣ ਦੇ ਸੁਪਨੇ ਪੂਰੇ ਹੋ ਸਕਣ। ਸੋ ਗੁਰਵਿੰਦਰ ਜੀ, ਆਦੀ ਵਾਰ ਮੈਸੇਜ ਕੋਈ ਸੁਨੇਹਾ ਦੇਣਾ ਚਾਹੋ? ਸੋ ਜਾਂਦੀ ਵਾਰੀ ਜਿਹੜਾ ਮੈਸੇਜ ਹੈਗਾ ਆ ਜੀ ਉਹ ਇਹੀ ਹੈਗਾ ਆ, ਤੁਹਾਨੂੰ ਇੱਕ ਵਾਰੀ ਵੈਲਕਮ ਕਰਦੇ ਹਾਂ ਸੈਮੀਨਾਰ ਦੇ ਵਾਸਤੇ, ਠੀਕ ਹੈ ਜੀ। 10 February ਮੰਡੇ ਨੂੰ ਸੈਮੀਨਾਰ ਹੈਗਾ ਆ ਸਾਡੇ ਜਲੰਧਰ ਆਫਿਸ 'ਚ। ਫਰੀ ਆਫ ਕੋਸਟ ਆਫਰ ਲੈਟਰ 15,000 rupees ਤੁਸੀਂ ਆਪਣਾ ਪਹਿਲੇ ਦਿਨ ਹੀ ਪਹਿਲੇ ਸਟੈਪ 'ਤੇ ਹੀ ਬਚਾ ਸਕਦੇ ਹੋ। ਮੈਂ ਜਿੱਦਾਂ ਪਹਿਲਾਂ ਵੀ ਦੱਸਿਆ, ਬੱਚਿਆਂ ਦੀਆਂ ਆਫਰ ਲੈਟਰਸ ਨਹੀਂ ਆ ਰਹੀਆਂ, ਪੈਸੇ ਦੇ ਕੇ ਬੱਚਿਆਂ ਨੂੰ 30-35 ਦਿਨ ਤੋਂ ਆਫਰ ਲੈਟਰ ਨਹੀਂ ਮਿਲ ਰਹੀਆਂ ਮਈ ਇਨਟੇਕ ਦੀਆਂ। ਸੋ ਸਾਡੇ ਕੋਲੋਂ ਤੁਸੀਂ ਉਸੇ ਟਾਈਮ 15 minutes ਦੇ ਵਿੱਚ ਆਨ ਦਾ ਸਪੋਟ ਆਫਰ ਲੈਟਰ, 15 to 20 minutes 'ਚ ਆਫਰ ਲੈਟਰ ਦਿੱਤੇ ਜਾਵੇਗੀ। 2 ਦੀ ਪੜ੍ਹਾਈ, 3 ਦੇ ਵਰਕ ਪਰਮਿਟ ਵਾਲਾ ਕਾਲਜ, ਕਾਲਜ ਦੀ 1 ਦੀ ਫੀਸ ਸਿਰਫ 5 lakh rupees। ਸੋ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਕਾਲ ਕਰੋ, ਆਪਣੀ ਸੀਟ ਹੋਲਡ ਕਰਵਾ ਲਓ। ਸਕਰੀਨ 'ਤੇ ਨੰਬਰ ਫਲੈਸ਼ ਹੋ ਰਿਹਾ ਹੈ, ਅਤੇ ਜਿਹੜੀਆਂ ਤੁਹਾਨੂੰ ਮੈਂ ਕੈਨੇਡਾ ਕਾਲਜ ਦੀਆਂ ਬਾਈਟਸ ਨੇ ਜਿਹੜੀਆਂ ਉਹ ਵੀ ਤੁਹਾਨੂੰ ਬੱਚਿਆਂ ਦੀਆਂ ਦਿਖਾਵਾਂਗੇ ਜੀ। ਸੋ ਫਿਲਹਾਲ ਅੱਜ ਦੇ ਸ਼ੋਅ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ, ਫਿਰ ਮਿਲਾਂਗੇ ਕੁਝ ਨਵੀਂ ਜਾਣਕਾਰੀ ਦੇ ਨਾਲ। ਟਿਲ ਦੈਨ ਤੁਸੀਂ ਆਪਣੇ ਕੈਲੰਡਰ 'ਤੇ ਨੋਟ ਕਰ ਲਵੋ, 10 February ਦਾ ਦਿਨ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਜਲੰਧਰ ਵਿੱਚ ਸੈਮੀਨਾਰ ਕਰਵਾ ਜਾ ਰਿਹਾ, ਉਹ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਊਗਾ ਜਿਹੜਾ 4.5 lakh rupees ਸਾਲ ਦੀ ਫੀਸ ਲੈਂਦਾ, ਓਵਰਆਲ 6 to 5 bands 'ਤੇ ਐਡਮਿਸ਼ਨ ਦਿੰਦਾ, ਪੜ੍ਹਾਈ ਦੇ ਨਾਲ 20 hours ਕੰਮ ਕਰ ਸਕਦੇ ਹੋ, ਪੜ੍ਹਾਈ ਖਤਮ ਹੋਣ ਤੋਂ ਬਾਅਦ 3 ਦਾ ਪੋਸਟ ਸਟੱਡੀ ਵਰਕ ਪਰਮਿਟ ਲੈ ਸਕਦੇ ਹੋ। ਸਭ ਤੋਂ ਵੱਡੀ ਗੱਲ, ਮੌਕੇ 'ਤੇ ਆਫਰ ਲੈਟਰ ਦਿੱਤੇ ਜਾਊਗੇ ਜੀ। ਸੋ ਦਰਸ਼ਕਾਂ ਦੱਸ ਦਈਏ ਕਿ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਤੋਂ ਵੀਜ਼ਾ ਐਕਸਪਰਟ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ, 90-23-148-148 ਨੰਬਰ 'ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ। ਸੋ ਗੁਰਵਿੰਦਰ ਜੀ, ਸੈਮੀਨਾਰ ਦੇ ਵਿੱਚ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਖਾਸ ਕੀ ਰਹੇਗਾ, ਕੀ ਤੁਸੀਂ ਖੁਦ ਕਲਾਇੰਟਸ ਨੂੰ ਮਿਲੋਗੇ ਜਾਂ ਕਾਲਜ ਦੀ ਟੀਮ ਇੱਥੇ ਮੌਕੇ 'ਤੇ ਆਏਗੀ? ਸੋ ਸੈਮੀਨਾਰ ਦਾ ਜਿਹੜੀ ਖਾਸ ਗੱਲ ਰਹੇਗੀ ਉਹਦੇ ਵਿੱਚ ਇਹ ਹੈ ਕਿ ਤੁਸੀਂ ਡਾਇਰੈਕਟ ਕਾਲਜ ਦੀ ਟੀਮ ਨੂੰ ਮੀਟ ਕਰ ਸਕਦੇ ਹੋ, ਜੇ ਉਹਦਾ ਬੈਨੀਫਿਟ ਤੁਸੀਂ ਲੈ ਸਕਦੇ ਹੋ। ਆਪਣੀ ਜਿਹੜੀ ਵੀ ਤੁਹਾਡਾ ਕੋਈ ਡਾਊਟ ਹੋਵੇਗਾ ਕਾਲਜ ਨੂੰ ਲੈ ਕੇ ਜਾਂ ਮੌਂਟਰੀਅਲ ਲੋਕੇਸ਼ਨ ਨੂੰ ਲੈ ਕੇ, ਤੁਸੀਂ ਉਹ ਡਾਇਰੈਕਟ ਕਾਲਜ ਦੀ ਟੀਮ ਨੂੰ ਮਿਲ ਕੇ ਆਪਣਾ ਡਾਊਟ ਕਲੀਅਰ ਕਰੋ, ਫਿਰ ਤੁਸੀਂ ਆਪਣਾ ਕੇਸ ਅਪਲਾਈ ਕਰੋ, ਇਹ ਬੈਨੀਫਿਟ ਰਹੇਗਾ। ਦੂਜਾ ਵੱਡਾ ਬੈਨੀਫਿਟ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਨੋ ਐਪਲੀਕੇਸ਼ਨ ਫੀਸ, 15,000 ਤੱਕ ਦਾ ਡਿਸਕਾਊਂਟ ਤੁਹਾਨੂੰ ਔਨ ਦਾ ਸਪੋਰਟ ਦਿੱਤਾ ਜਾਵੇਗਾ। ਸੋ 15-20 minutes ਦੇ ਵਿੱਚ ਆਫਰ ਲੈਟਰ ਦਿੱਤੀ ਜਾਵੇਗੀ, 2 ਦੀ ਪੜ੍ਹਾਈ ਅਤੇ 3 ਦੇ ਵਰਕ ਪਰਮਿਟ ਵਾਲਾ ਕਾਲਜ। ਹਰ ਇੱਕ ਪੜ੍ਹਾਈ ਸਾਡੇ ਤੋਂ ਅਵੇਲੇਬਲ ਹੈਗੀ ਆ ਜਿਹੜੀ +2 ਤੋਂ ਬਾਅਦ ਤੁਸੀਂ ਕਰਨੀ ਆ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕਰਨੀ ਜੀ। ਸੋ ਦਰਸ਼ਕਾਂ ਦੱਸਦੇ ਕਿ ਜੇਕਰ ਤੁਸੀਂ ਕਾਲਜ ਦੀ ਟੀਮ ਨੂੰ ਮਿਲਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਕਾਲਜ ਦੀ ਟੀਮ ਤੁਹਾਨੂੰ ਮਿਲੇਗੀ, ਤੁਹਾਨੂੰ ਕੋਰਸਿਸ ਬਾਰੇ ਜਾਣਕਾਰੀ ਦਊਗੀ, ਤੁਹਾਨੂੰ ਕਾਲਜ ਬਾਰੇ ਜਾਣਕਾਰੀ ਦਊਗੀ, ਤੁਹਾਨੂੰ ਫੀਸਿਸ ਬਾਰੇ ਜਾਣਕਾਰੀ ਦਊਗੀ, ਔਰ ਮੌਕੇ 'ਤੇ ਤੁਹਾਡਾ ਕੇਸ ਲੈ ਕੇ ਮੌਕੇ 'ਤੇ ਕੇਸ ਅਪਲਾਈ ਕਰਕੇ ਮੌਕੇ 'ਤੇ ਆਫਰ ਲੈਟਰ ਵੀ ਰਿਲੀਜ਼ ਕਰੂਗੀ। ਸੋ ਸੈਮੀਨਾਰ ਦਾ ਹਿੱਸਾ ਬਣੋ, ਸੈਮੀਨਾਰ ਦੇ ਵਿੱਚ ਕਾਲਜ ਦੀ ਟੀਮ ਮੈਨੂੰ ਮਿਲੋ, ਜਿਹੜੇ ਸਿੱਧੇ ਕਾਲਜ ਨੂੰ ਰਿਪ੍ਰਜੈਂਟ ਕਰਦੇ ਨੇ ਉਹਨਾਂ ਨੂੰ ਮਿਲੋ, ਆਪਣੇ ਡਾਊਟਸ ਕਲੀਅਰ ਕਰੋ ਅਤੇ ਫਿਰ ਅਪਲਾਈ ਕਰੋ। ਸੋ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ 10 February ਨੂੰ,
90 3 148 148 ਨੰਬਰ ਤੇ ਕਾਲ ਕਰਕੇ ਤੇ ਫਿਲਹਾਲ ਜਾ ਜਾਂਦੇ ਨੇ। ਗੁਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਿਵਾਨੀ ਸ਼ਰਮਾ ਹੈ, ਮੈਂ ਪੁੱਛੋ ਮੰਡੀ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹਾਂ। ਮੈਂ ਕਰੀਅਰ ਦਿਸ਼ਾ ਤੋਂ ਵੀਜ਼ਾ ਅਪਲਾਈ ਕੀਤਾ ਐਂਡ ਮੇਰੇ ਓਵਰਆਲ 6 ਐਂਡ 1 'ਚੋਂ 5.5 ਬੈਂਡ ਸੀ। ਮੈਂ ਪਹਿਲਾਂ ਕਿਸੇ ਹੋਰ ਏਜੰਟ ਤੋਂ ਅਪਲਾਈ ਕੀਤਾ, ਮੇਰੀ 2 ਵਾਰੀ ਰਿਫਿਊਜ਼ਲ ਆ ਗਈ। ਇਸ ਤੋਂ ਬਾਅਦ ਮੈਨੂੰ ਕਰੀਅਰ ਦਿਸ਼ਾ ਬਾਰੇ ਪਤਾ ਚੱਲਿਆ, ਮੈਂ ਇੱਥੇ ਵਿਜ਼ਿਟ ਕੀਤਾ ਐਂਡ ਅੱਜ ਮੇਰਾ ਵੀਜ਼ਾ ਆ ਗਿਆ ਅਤੇ ਮੈਂ ਬਹੁਤ ਖੁਸ਼ ਹਾਂ। ਇਹਨਾਂ ਨੇ ਸਾਰੇ ਪੈਸੇ ਮੇਰੇ ਤੋਂ ਵੀਜ਼ਾ ਲੱਗਣ ਤੋਂ ਬਾਅਦ ਲਏ, ਪਹਿਲਾਂ ਕੋਈ ਐਡਵਾਂਸ ਪੇਮੈਂਟ ਨਹੀਂ ਲਈ। ਐਂਡ ਮੈਂ ਸਾਰੇ ਸਟੂਡੈਂਟਸ ਨੂੰ ਦੱਸਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ, ਉਹ ਇੱਕ ਵਾਰੀ ਕਰੀਅਰ ਦਿਸ਼ਾ ਜ਼ਰੂਰ ਆ ਕੇ ਮਿਲੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਾਹਿਬਜੋਤ ਸਿੰਘ ਹੈ, ਮੈਂ ਰਾਜਿਆਂ ਮੋਗਾ ਤੋਂ ਬਿਲੋਂਗ ਕਰਦਾ ਹਾਂ। ਮੇਰੇ ਇੱਕ ਮੋਡਿਊਲ 'ਚੋਂ 5.5 ਬੈਂਡ ਸੀਗੇ ਅਤੇ ਮੈਂ ਕਰੀਅਰ ਦਿਸ਼ਾ ਇਮੀਗ੍ਰੇਸ਼ਨ 'ਤੇ ਵੀਜ਼ਾ ਅਪਲਾਈ ਕੀਤਾ ਸੀ ਅਤੇ ਮੈਨੂੰ ਮੇਰਾ ਵੀਜ਼ਾ ਮਿਲ ਚੁੱਕਿਆ ਹੈ। ਸੋ ਮੈਂ ਤੁਹਾਨੂੰ ਵੀ ਰਿਕਮੈਂਡ ਕਰਦਾ ਵੀ ਤੁਸੀਂ ਵੀ ਜੇ ਤੁਹਾਡੇ ਇੱਕ ਮੋਡਿਊਲ 'ਚੋਂ 5.5 ਬੈਂਡ ਹਨ ਤਾਂ ਤੁਸੀਂ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਨੂੰ ਜ਼ਰੂਰ ਵਿਜ਼ਿਟ ਕਰੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਇੰਦਰਜੀਤ ਸਿੰਘ, ਮੈਂ ਲੋਹੀਆਂ ਖਾਸ ਜ਼ਿਲ੍ਹਾ ਜਲੰਧਰ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਂ ਆਪਣੇ 2017 ਵਿੱਚ ਪਲੱਸ 2 ਪਾਸ ਆਊਟ ਕਰਨ ਤੋਂ ਬਾਅਦ ਆਈਲੈਟਸ ਵਿੱਚ 6 ਬੈਂਡ ਪ੍ਰਾਪਤ ਕਰਕੇ ਇਹਨਾਂ ਕੋਲ ਵਿਜ਼ਿਟ ਕੀਤਾ ਅਤੇ ਆਪਣੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ। ਮੈਂ ਹੋਰ ਵੀ ਬਹੁਤ ਕੰਸਲਟੈਂਟ ਕੋਲ ਗਿਆ ਪਰ ਉਹਨਾਂ ਨੇ ਮੈਨੂੰ ਕੋਰਸ ਦੇ ਰਿਲੇਟਡ ਕੋਰਸ ਨਹੀਂ ਲੈ ਕੇ ਦਿੱਤਾ ਅਤੇ ਜਦ ਮੈਂ ਇਹਨਾਂ ਕੋਲ ਆਇਆ ਤਾਂ ਇਹਨਾਂ ਨੇ ਮੈਨੂੰ ਮੇਰੇ ਕੋਰਸ ਦੇ ਰਿਲੇਟਡ ਕੋਰਸ ਲੈ ਕੇ ਦਿੱਤਾ ਅਤੇ ਜਿਸ ਦੇ ਕਾਰਨ ਮੇਰਾ ਆਰਟਸ ਸਟਰੀਮ ਦੇ ਵਿੱਚ ਵੀਜ਼ਾ ਆਇਆ ਹੈ ਕੈਨੇਡਾ ਦਾ ਅਤੇ ਮੈਂ ਬਹੁਤ ਖੁਸ਼ ਹਾਂ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਰਲੀਨ ਕੌਰ ਹੈ। ਅੱਜ ਮੈਨੂੰ USA ਦਾ F1 ਕੈਟੇਗਰੀ ਸਟੂਡੈਂਟ ਵੀਜ਼ਾ ਰਿਸੀਵ ਹੋਇਆ ਹੈ। ਮੈਂ ਸਾਰਾ ਪ੍ਰੋਸੈਸ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਤੋਂ ਕੀਤਾ ਸੀ ਅਤੇ ਉਹਨਾਂ ਨੇ ਮੈਨੂੰ ਪੂਰਾ ਗਾਈਡ ਕੀਤਾ ਥਰੂ ਆਊਟ ਮੇਰਾ ਪੂਰਾ ਪ੍ਰੋਸੈਸ ਤੋਂ ਐਂਡ ਉਹਨਾਂ ਦੀ ਫੀਸ ਅਤੇ ਕਾਲਜ ਦੀ ਫੀਸ। ਮੇਰਾ USA ਦਾ ਵੀਜ਼ਾ ਆਉਣ ਤੋਂ ਬਾਅਦ ਰਿਸੀਵ ਹੋਈ ਹੈ, ਉਹਨਾਂ ਨੂੰ ਦਿੱਤੀ ਗਈ ਹੈ ਐਂਡ ਉਸ ਤੋਂ ਪਹਿਲੇ ਕੋਈ ਫੀਸ ਨਹੀਂ ਸੀ। ਅਗਰ ਤੁਸੀਂ ਇੱਕ ਜੈਨੂਇਨ ਗਾਈਡੈਂਸ ਚਾਹੀਦੀ ਹੈ ਤੁਹਾਨੂੰ ਤਾਂ ਤੁਸੀਂ ਜ਼ਰੂਰ ਕਰੇ ਦਿਸ਼ਾ ਇਮੀਗ੍ਰੇਸ਼ਨ ਵਿਜ਼ਿਟ ਕਰੋ ਔਰ ਗੱਲ ਕਰੋ। ਐਂਡ ਆਈ ਥੈਂਕਸ ਟੂ ਟੂ ਦਸ ਗੁਰਿੰਦਰ ਸਰ ਹੂ ਐਕਚੁਲੀ ਗਾਈਡ ਮੀ ਥਰੂ ਮਾਈ ਪ੍ਰੋਸੈਸ ਐਂਡ ਆਈ ਐਕਚੁਲੀ ਗੋਟ ਮਾਈ ਵੀਜ਼ਾ। ਥੈਂਕ ਯੂ ਵੈਰੀ ਮੱਚ ਕਰੇ ਦਿਸ਼ਾ ਇਮੀਗ੍ਰੇਸ਼ਨ ਫੋਰ ਸੱਚ ਐਨ ਅਮੇਜ਼ਿੰਗ ਵੀਜ਼ਾ।